ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਨਾਲ ਅੱਜ ਜਿਸ ਪੰਜਾਬੀ ਸਿਤਾਰੇ ਦੀ ਗੱਲਬਾਤ ਕਰਨ ਲੱਗਿਆ ਹਾਂ, ਉਹ ਬਹੁਤ ਹੀ ਸੁਰੀਲਾ ਗਾਉਂਦੇ ਨੇ, ਬਹੁਤ ਵਧੀਆ ਸਿੰਗਰ ਨੇ ਅਤੇ ਉਹਨਾਂ ਦੀ ਗਾਇਕੀ ਵਿੱਚ ਇੱਕ ਅਲੱਗ ਹੀ ਜਾਨ ਹੈ। ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੀ ਗਾਇਕੀ ਨੂੰ ਬਹੁਤ ਦਿਲੋਂ ਪਿਆਰ ਕਰਦੇ ਨੇ ਅਤੇ ਉਹਨਾਂ ਦਾ ਜਿਹੜਾ ਗਾਣਾ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ, ਮੈਨੂੰ ਖੁਦ ਨੂੰ ਵੀ ਬੜਾ ਪਸੰਦ ਆ, ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਇਸ ਤੋਂ ਬਿਨਾਂ ਬਾਈ ਜੀ ਦਾ ਗਾਣਾ ਆਇਆ, ਖਾਈਏ ਪੀਏ ਰੱਜ ਕੇ ਨਾ ਖਰਚੇ ਤੋਂ ਡਰੀਏ, ਖਾਈਏ ਪੀਏ ਰੱਜ ਕੇ ਨਾ ਖਰਚੇ ਤੋਂ ਡਰੀਏ, ਲੜੀਏ ਵੀ ਜੰਮ ਕੇ ਪਿਆਰ ਖੁੱਲ੍ਹਾ ਕਰੀਏ, ਰਲ ਮਿਲ ਜਸ਼ਨ ਮਨਾਉਂਦੇ ਰਹਿੰਦੇ ਹਾਂ, ਰਲ ਮਿਲ ਜਸ਼ਨ ਮਨਾਉਂਦੇ ਰਹਿੰਦੇ ਹਾਂ, ਸੋਚਾਂ ਫਿਕਰਾਂ ਨੂੰ ਸੂਲੀ ਉੱਤੇ ਟੰਗ ਦੇ, ਖੁੱਲ੍ਹੇ ਖਾਤੇ ਰੱਖੇ ਯਾਰੀਆਂ ਪਗਾਉਣ ਨੂੰ, ਮਰੂ ਮਰੂ ਕਰਕੇ ਨਾ ਟਾਈਮ ਲੰਘਦੇ, ਮਰੂ ਮਰੂ ਕਰਕੇ ਨਾ ਟਾਈਮ ਲੰਘਦੇ। ਸੋ ਬਾਈ ਦਾ ਇੱਕ ਗਾਣਾ ਹੋਰ ਜਿਹੜਾ ਬੜਾ ਹੀ ਪਿਆਰਾ ਜਿਹਾ ਗਾਣਾ, ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹਾਂ। ਮੈਨੂੰ ਉਮੀਦ ਹੈ ਦੋਸਤੋ ਕਿ ਤੁਹਾਨੂੰ ਇੰਨੇ ਗਾਣਿਆਂ ਤੋਂ ਪਤਾ ਲੱਗ ਗਿਆ ਹੋਊਗਾ ਕਿ ਮੈਂ ਕਿਸ ਪੰਜਾਬੀ ਸਿਤਾਰੇ, ਪੰਜਾਬੀ ਸਿੰਗਰ, ਸੌਂਗ ਰਾਈਟਰ ਦੀ ਗੱਲ ਕਰ ਰਿਹਾ ਹਾਂ। ਮੇਰੀ ਮੁਰਾਦ ਹੈ ਲੱਖਾਂ ਦਿਲਾਂ ਦੀ ਧੜਕਣ ਅਤੇ ਪੰਜਾਬੀ ਮਾਂ ਬੋਲੀ ਦੀ ਜਾਨ ਮਨਮੋਹਨ ਵਾਰਸ ਤੋਂ। ਮਨਮੋਹਨ ਵਾਰਸ ਜੀ ਬਹੁਤ ਹੀ ਸੁਰੀਲੇ ਕਲਾਕਾਰ ਨੇ, ਉਹਨਾਂ ਨੇ ਬਚਪਨ ਤੋਂ ਹੀ ਕਾਰੀ ਦੇ ਗੁਣ ਸਿੱਖਣੇ ਸ਼ੁਰੂ ਕਰਤੇ ਸੀ ਅਤੇ ਉਹ ਹਮੇਸ਼ਾ ਹੀ ਇੱਕ ਸਾਫ਼ ਸੁਥਰੀ ਗਾਇਕੀ ਗਾਉਂਦੇ ਆ, ਗੀਤ ਗਾਉਂਦੇ ਆ, ਦਰਸ਼ਕਾਂ ਲਈ ਲੈ ਕੇ ਆਉਂਦੇ ਆ ਅਤੇ ਉਹਨਾਂ ਦਾ ਹਰ ਇੱਕ ਗਾਣਾ ਮੀਨਿੰਗਫੁੱਲ ਹੁੰਦਾ ਹੈ। ਸੋ ਦੋਸਤੋ, ਇਸ ਵੀਡੀਓ ਦੀ ਮੈਨੂੰ ਕਾਫ਼ੀ ਦਿਨਾਂ ਤੋਂ ਰਿਕੁਐਸਟ ਆ ਰਹੀ ਸੀ, ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ, ਇਹਦੇ ਲਈ ਮੈਂ ਮਾਫ਼ੀ ਵੀ ਮੰਗਦਾ। ਅਤੇ ਇਸ ਵੀਡੀਓ ਦੀ ਖਾਸ ਤੌਰ 'ਤੇ ਰਿਕੁਐਸਟ ਬਾਈ ਸੈਮ ਥਿੰਦ, ਜੋ ਅੱਜ ਕੱਲ੍ਹ ਆਸਟਰੀਆ ਵਿਖੇ ਰਹਿ ਰਹੇ ਆ, ਉਹਨਾਂ ਨੇ ਕੀਤੀ ਸੀ, ਉੱਥੇ ਉਹ KFC 'ਤੇ ਕੰਮ ਕਰਦੇ ਆ। ਸੋ ਬਾਈ ਜੀ ਦੀ ਆਪਾਂ ਅੱਜ ਫਰਮਾਇਸ਼ ਪੂਰੀ ਕੀਤੀ ਆ, ਮੈਨੂੰ ਉਮੀਦ ਆ ਮੇਰਾ ਵੀਰ ਸੈਮ ਥਿੰਦ ਜ਼ਰੂਰ ਖੁਸ਼ ਹੋਊਗਾ ਅਤੇ ਇਸ ਵੀਡੀਓ ਨੂੰ ਸ਼ੇਅਰ ਕਰੂਗਾ, ਲਾਈਕ ਕਰੂਗਾ, ਕਮੈਂਟ ਵੀ ਕਰੂਗਾ। ਸੋ ਦੋਸਤੋ, ਇਸ ਤੋਂ ਬਿਨਾਂ ਤੁਹਾਡੀ ਵੀ ਜੇਕਰ ਕੋਈ ਫਰਮਾਇਸ਼ ਹੈ ਕਿ ਆਪਾਂ ਕੋਈ ਵੀਡੀਓ ਤੁਹਾਡੀ ਹੋਵੇ, ਤੁਸੀਂ ਬਣਵਾਉਣੀ ਚਾਹੁੰਦੇ ਹੋ, ਤਾਂ ਮੈਨੂੰ ਤੁਸੀਂ ਕਮੈਂਟ ਵਿੱਚ ਜਾ ਕੇ ਜ਼ਰੂਰ ਦੱਸੋ, ਆਪਾਂ ਤੁਹਾਡੀ ਵੀਡੀਓ ਬਣਾਵਾਂਗੇ। ਸੋ ਦੋਸਤੋ, ਇਸ ਤੋਂ ਬਿਨਾਂ ਜੇਕਰ ਤੁਸੀਂ ਮੇਰਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ, ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਇੱਕ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਇਸ ਤੋਂ ਬਿਨਾਂ ਦੋਸਤੋ, ਸਾਨੂੰ ਫੇਸਬੁੱਕ 'ਤੇ ਵੀ ਸਾਡਾ ਪੇਜ ਬਣਿਆ, ਉਹ 'ਤੇ ਜ਼ਰੂਰ ਲਾਈਕ ਕਰੋ, ਬੋਲੀ ਹੌਲੀ ਬਾਬਾ ਦੇ ਨਾਮ ਦਾ ਪੇਜ ਆ। ਸਾਨੂੰ ਇੰਸਟਾਗ੍ਰਾਮ 'ਤੇ, ਟਵਿੱਟਰ 'ਤੇ ਵੀ ਜ਼ਰੂਰ ਲਾਈਕ ਕਰੋ, ਕਿਉਂਕਿ ਆਪਾਂ ਮਿਲ ਕੇ ਚੱਲਾਂਗੇ ਤਾਂ ਆਪਾਂ ਨੂੰ ਜੋ ਸਾਡੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਡਾਇਰੈਕਟਲੀ ਪਹੁੰਚ ਜਾਇਆ ਕਰਨੀਆਂ। ਸੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਬਾਈ ਮਨਮੋਹਨ ਵਾਰਸ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ, ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਬਾਈ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਬਾਈ ਮਨਮੋਹਨ ਵਾਰਸ ਦਾ ਜਨਮ 3 ਅਗਸਤ 1967 ਨੂੰ ਪਿੰਡ ਹੱਲੂਵਾਲ, ਤਹਿਸੀਲ ਮਹਿਲਪੁਰ, ਹੁਸ਼ਿਆਰਪੁਰ ਵਿਖੇ ਹੋਇਆ। ਉਹਨਾਂ ਦੀ ਮੈਰਿਜ 1996 ਵਿੱਚ ਬੀਬੀ ਪ੍ਰਿਤਪਾਲ ਕੌਰ ਹੀਰ ਨਾਲ ਹੋਈ ਅਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਦੋ ਬੱਚੇ ਹੋਏ। 1997 ਵਿੱਚ ਉਹਨਾਂ ਦਾ ਜਿਹੜਾ ਪਹਿਲਾ ਬੱਚਾ ਹੋਇਆ, ਬੇਟਾ ਹੋਇਆ ਉਹਨਾਂ ਦੇ, ਅਮਰ ਉਹਨਾਂ ਨੇ ਉਹਨਾਂ ਦਾ ਨਾਮ ਰੱਖਿਆ। ਸੋ ਦੋਸਤੋ, ਉਹਨਾਂ ਨੇ ਬੱਚੇ ਦਾ ਨਾਮ, ਆਪਣੇ ਬੇਟੇ ਦਾ ਨਾਮ ਅਮਰ ਤਾਂ ਰੱਖਿਆ ਕਿਉਂਕਿ ਉਹਨਾਂ ਦੀ ਵਾਈਫ ਦੇ ਪਿੰਡ ਦੇ ਸੀ ਜੋ ਲੇਟ ਢਾਡੀ ਅਮਰ ਸਿੰਘ ਸ਼ੌਂਕੀ ਜੀ, ਉਹਨਾਂ ਨੇ ਉਹਨਾਂ ਦੇ ਨਾਮ 'ਤੇ ਹੀ ਆਪਣੇ ਵੱਡੇ ਬੇਟੇ ਦਾ ਨਾਮ ਰੱਖਿਆ। ਅਤੇ ਉਹਨਾਂ ਨੇ ਢਾਡੀ ਅਮਰ ਸਿੰਘ ਸ਼ੌਂਕੀ ਜੀ ਨੂੰ ਜੋ ਗਾਣੇ ਟ੍ਰਿਬਿਊਟ ਕੀਤੇ, ਮੈਂ ਤੁਹਾਨੂੰ ਉਹਨਾਂ ਬਾਰੇ ਵੀ ਦੱਸ ਦੇਵਾਂ। 2 ਤਾਰਾ ਵੱਜਦਾ ਵੇ 1993 'ਚ, ਆ ਜਾ ਪਾ ਵੀ ਝੂਟਲਾ 2000 ਵਿੱਚ, ਘਰ ਹੁਣ ਕਿਤਨੀ ਕੁ ਦੂਰ 2003 ਵਿੱਚ, ਇਹ ਗਾਣੇ ਉਹਨਾਂ ਨੇ ਲੇਟ ਢਾਡੀ ਅਮਰ ਸਿੰਘ ਸ਼ੌਂਕੀ ਜੀ ਨੂੰ ਟ੍ਰਿਬਿਊਟ ਕੀਤੇ। ਅਤੇ ਚਲੋ ਦੋਸਤੋ, ਦੋ ਲਾਈਨਾਂ ਆਪਾਂ ਬਾਈ ਮਨਮੋਹਨ ਵਾਰਸ ਦੇ ਮੂੰਹ ਸੁਣ ਲੈਂਦੇ ਹਾਂ ਅਤੇ ਲਓ ਸੁਣੋ ਆ ਗਾਣਾ। ਸਤਿ ਸ਼੍ਰੀ ਅਕਾਲ। ਮੈਂ ਗਲ ਨਾਲ ਲਾ ਕੇ ਰੱਖਦੀਆਂ ਤੇਰੇ ਪਰਨੇ ਨੂੰ ਅੜਿਆ, ਵੇ ਮੈਂ ਗਲ ਨਾਲ ਲਾ ਕੇ ਰੱਖਦੀਆਂ ਤੇਰੇ ਪਰਨੇ ਨੂੰ ਅੜਿਆ। ਮੈਨੂੰ ਉਮੀਦ ਹੈ ਦੋਸਤੋ ਤੁਹਾਨੂੰ ਬਾਈ ਦੀਆਂ ਇਹ ਲਾਈਨਾਂ ਬਹੁਤ ਸੋਹਣੀਆਂ ਲੱਗੀਆਂ ਹੋਣਗੀਆਂ, ਇਹ ਗਾਣਾ ਸੋਹਣਾ ਲੱਗਿਆ ਹੋਊਗਾ। ਤਾਂ ਚਲੋ ਫਿਰ ਆਪਾਂ ਬਾਈ ਦੀ ਬਾਇਓਗ੍ਰਾਫੀ ਫਿਰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਉਹਨਾਂ ਦੀ ਜੇ ਆਪਾਂ ਕੁਆਲੀਫਿਕੇਸ਼ਨ ਦੀ ਗੱਲਬਾਤ ਕਰੀਏ ਤਾਂ ਉਹਨਾਂ ਨੇ ਡਿਗਰੀ ਲਈ ਹੈ PU ਚੰਡੀਗੜ੍ਹ ਤੋਂ ਮਿਊਜ਼ਿਕ ਵਿੱਚ, ਅਤੇ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ 1990 ਵਿੱਚ ਇੰਡੀਆ ਤੋਂ ਕੈਨੇਡਾ ਮੂਵ ਹੋ ਗਈ ਸੀ, ਪੂਰੀ ਫੈਮਿਲੀ ਹੀ ਉਹਨਾਂ ਦੀ ਕੈਨੇਡਾ ਚਲੇ ਗਈ ਸੀ। ਜਿਵੇਂ ਆਪਾਂ ਦੋਸਤੋ ਜਾਣਦੇ ਹਾਂ ਕਿ ਮਨਮੋਹਨ ਵਾਰਸ ਜੀ ਦੇ ਦੋ ਛੋਟੇ ਭਰਾ ਨੇ, ਜੋ ਮਨਮੋਹਨ ਵਾਰਸ ਤੋਂ ਛੋਟੇ ਨੇ ਉਹਨਾਂ ਦਾ ਨਾਂ ਸੰਗਤਾਰ, ਜੋ ਬਹੁਤ ਵਧੀਆ ਪੋਇਟ ਨੇ, ਬਹੁਤ ਵਧੀਆ ਗੀਤਕਾਰ ਨੇ, ਫਿਰ ਮਿਊਜ਼ਿਕ ਡਾਇਰੈਕਟਰ ਬੜੇ ਵਧੀਆ ਨੇ, ਪ੍ਰੋਡਿਊਸਰ ਬਹੁਤ ਵਧੀਆ ਨੇ, ਅਤੇ ਸੰਗਤਾਰ ਤੋਂ ਛੋਟਾ ਨੇ ਕਮਲ ਹੀਰ ਜੀ। ਕਮਲ ਹੀਰ ਜੀ ਨੂੰ ਵੀ ਆਪਾਂ ਸਾਰੇ ਭਲੀ ਭਾਂਤੀ ਜਾਣਦੇ ਹਾਂ, ਬਹੁਤ ਹੀ ਵਧੀਆ
सुरीले कलाकार ने। सो दोस्तों हुण आपां बाई मनमोहन वारस दे अर्ली लाइफ ते एक गलबात कर लैने आ कि उन्होंने कदों म्यूजिक सीखना शुरू किया। सो दोस्तों उन्होंने म्यूजिक सीखने का बचपन तो ही बहुत ज़्यादा शौक सी। उन्होंने छोटी उम्र में ही म्यूजिक के गुर सीखने शुरू किए। लगभग उन्होंने उम्र उस समय 11 साल की सी जदों उन्होंने म्यूजिक सीखना शुरू किया। तो उन्होंने म्यूजिक की तालीम उस्ताद जसवंत सिंह बावरा जी तो लई। तो उन्होंने जोड़े दो छोटे भरा उन्होंने मनमोहन वारस जी ने आप सिखाया कि गायकी के गुर कि जिमें कि उन्होंने बहुत छोटी उम्र तो सीखना शुरू किया। सो उन वो बिल्कुल जो परफेक्ट हो गए तो उन्होंने संगतार ते कमल हीर जी ने भी गायकी के गुर सिखाए। तो हुण आपां देखदे तिने भरा बहुत वधिया गायकी का प्रदर्शन दर्शकों लिए करते बहुत वधिया गाने लैके आउंदे आ। सो दोस्तों म्यूजिक करियर बारे जे आपां गल करिए तां उन्हां दी 1993 जदों उह कैनेडा चले गए तां उन्हां दी 1993 पहली एल्बम आई सी गैरां नाल पिंगां झूट दी। बहुत ज़्यादा ये एल्बम सुपर डुपर हिट हुई सी। फिर इस एल्बम तो बाद बाई मनमोहन वारस ने पिछे मुड़ के नहीं देखा, हमेशा पौड़ियों उपर चढ़ते ही गए। फिर उन्हां दीआं कुछ होर एल्बम भी जिहड़ियां इस तो बाद आईयां ते सुपर डुपर हिट रहीआं, सोहणियां दे लारे, हसदी फुल करदे, गली गली विच होके, ये उन्हां दे जिहड़े काफ़ी हिट एल्बम रहीआं उस समें विच। ते दोस्तों एक सौग जिहड़ा आपां जिवें पहलां भी स्टार्टिंग दे विच गल कीती सी कि बड़ा सुपर डुपर हिट रहा, अज भी हर बच्चे नौजवान ते बजुर्ग दी जबान ते है। वह गाना 1998 बाई ने गाना गाया सी किते कल्ली बह के सोची नहीं। मैं इहदे बोल थोड़े नाल जिहड़ा स्टार्टिंग पैरा वह जरूर शेयर करना चाहूँगा। सो दोस्तों इहदा जिहड़े बोल आ गाने दे, असीं मरदे रहे दुख जरदे रहे, असीं मरदे रहे दुख जरदे रहे, पब कंढियां उत्ते धरदे रहे, असीं मरदे रहे दुख जरदे रहे, पब कंढियां उत्ते धरदे रहे, हस हस के पीड़ा सह लईआं, हस हस के पीड़ा सह लईआं, पर सी नहीं कीती तेरे लई, हाय किते कल्ली बह के सोची नहीं असीं की नहीं कीता तेरे लई, किते कल्ली बह के सोची नहीं असीं की नहीं कीता तेरे लई। इस सौग ने पंजाबी म्यूजिक इंडस्ट्री विच एक हिस्टरी क्रिएट करती कि इस गाने का मुकाबला कोई होर गाना नहीं कर सकिया। सो इन्हें बहुत सारे रिकॉर्ड जिहड़े बनाते सी गाने ने। सो यह सुपर डुपर हिट सौग रहा उस समय तो बाई जी ने इस गाने ने होर भी बुलंदियों ते पहुँचाया। सो दोस्तों इस तो बिना उन्होंने टिप्स म्यूजिक नाल साइंड किया सी। ते उन्हां दा जिहड़ी नैक्सट एल्बम आई सी हुसन दा जादू, ते फिर इस हुसन दा जादू एल्बम दी सक्सेस तो बाद फिर उन्हां दा आया गजरे गोरी दे, दिल वट्टे दिल। फिर बाई जी ने इन्नियां एल्बम करन तो बाद फिर उन्होंने धार लिया कि चलो भी हुण आपां अपना जिहड़ा रिकॉर्ड लेबल लैके आउणे आ। ते अज कल जिहड़ा सुपर हिट रिकॉर्ड लेबल बन चुकिया है प्लाज्मा रैकर्ड्स, जो कि उन्होंने अपने दोवें छोटे भरावां नाल शुरू किया संगतार दे कमल हीर नाल, ते जो अजकल पूरियां बुलंदियां ते ने। फिर 2004 च बाई जी ने जिहड़ा एक प्रोग्राम लैके आंदा, अपना शो लैके आंदा पंजाबी विरसा 2004। पंजाबी विरसे च उन्होंने बहुत ज़्यादा सक्सैस मिली। अजकल तिने भरा पंजाबी विरसा करदे आ ते पूरी दुनिया का टूर करदे आ। उह इस विरसे नूं बहुत ज़्यादा फेमस बनया होया है, सारे दर्शकों के मन में वसया होया, बहुत सोहने इस विच उह अपनी पोएट्री दिखाउंदे आ, सोंग बड़े वधिया हुंदे आ, मीनिंगफुल गाने लैके आउंदे आ। ते उन्होंने इस नाल पंजाबी विरसे नाल एक एग्जाम्पल भी सैट की कि जे कोई साफ सुथरी ते वधिया मीनिंगफुल गायकी दर्शकों नूं दी झोली पाउंदा तां दर्शक उस नूं जरूर ही प्यार करदे आ। सो बाई ने यह एक एग्जाम्पल सैट करती सारी इंडस्ट्री विच कि जे तुसी वधिया गाउणे हो, साफ सुथरा गाउणे हो, तां लोक उस नूं भी प्यार करदे आ, कोई कल्ला रौले रप्पे नूं नहीं पसंद करदे। जे आपां कोई मीनिंगफुल गल दर्शकों नूं दिंदे आ तां उह उस नूं प्यार भी दिंदे आ, ते उस नूं थोनूं उत्साहित भी करदे वी अगे होर वधिया इहो जिहे गाने लैके आओ। सो इस तों बिना दोस्तों जिहड़ा मैं तुहानूं होर दसदा, उन्हां दा जिहड़ा पंजाबी विरसा उह हर साल करदे आ उह, ते लैके आउंदे रहिंदे आ पंजाबी विरसे दे अलग अलग पार्ट्स जिहड़े हुंदे आ टूर दे दौरान। बाकी बाई जे अपने मनमोहन वारस की गल करिए तो उन्होंने दी किंग ऑफ भंगड़े के नाँ नाल भी जानते हैं, क्योंकि उन्होंने गाने बहुत वधिया होंदे, नचण टप्पण वाले भी गाने होंदे उन्होंने। फिर उन्होंने 2007 विच दिल नचदा, फिर हुण 2010 विच एक उन्होंने जिहड़ी एल्बम आई सी दिल ते नाल आई,
ਇਹ ਐਲਬਮ ਨੂੰ ਵੀ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਅਤੇ ਇਹਦਾ ਗਾਣਾ ਸੀ ਜਿਹੜਾ ਦਸ ਤਨ ਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਇਸ ਨੂੰ ਵੀ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਅਤੇ ਚਲੋ ਦੋਸਤੋ ਦੋ ਲਾਈਨਾਂ ਆਪਾਂ ਬਾਈ ਮਨਮੋਹਨ ਵਾਰਸ ਦੇ ਮੂੰਹੋਂ ਸੁਣ ਲੈਂਦੇ ਹਾਂ ਅਤੇ ਲਓ ਸੁਣੋ ਆ ਗਾਣਾ। ਦੋਸਤੋ ਅੱਜ ਕੱਲ੍ਹ ਬਾਈ ਮਨਮੋਹਨ ਵਾਰਸ ਜੀ ਆਪਣੇ ਪੂਰੇ ਪਰਿਵਾਰ ਨਾਲ ਵੈਨਕੋਵਰ ਕੈਨੇਡਾ ਵਿੱਚ ਰਹਿ ਰਹੇ ਆ ਅਤੇ ਉਹਨਾਂ ਦੀ ਪੂਰੀ ਫੈਮਿਲੀ ਉੱਥੇ ਸੈਟਲ ਆ। ਅਤੇ ਦੋਸਤੋ ਬਾਈ ਮਨਮੋਹਨ ਵਾਰਸ ਜੀ ਨੇ ਇਹ ਸਾਰੇ ਲੋਕਾਂ ਲਈ ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਜੇ ਕੋਈ ਬੰਦਾ ਵਧੀਆ ਮਿਹਨਤ ਕਰਦਾ, ਕਿਉਂਕਿ ਬਾਈ ਜੀ ਜਦੋਂ ਕੈਨੇਡਾ ਗਏ ਪੂਰੀ ਫੈਮਿਲੀ ਨਾਲ ਉਹਨਾਂ ਨੇ ਉੱਥੇ ਕਾਫੀ ਮਿਹਨਤ ਮੁਸ਼ੱਕਤ ਕੀਤੀ ਅਤੇ ਫਿਰ 1993 'ਚ ਆਪਣੀ ਐਲਬਮ ਲੈ ਕੇ ਆਏ ਸੀ। ਉਹਨਾਂ ਨੇ ਹਮੇਸ਼ਾ ਹੀ ਇੱਕ ਸਾਫ਼ ਸੁਥਰੀ ਗਾਇਕੀ ਵਾਲੇ ਸਿੰਗਰ ਦਾ ਅਕਸ ਵਿਖਾਇਆ, ਕਿਉਂਕਿ ਮੈਂ ਆਪਣੇ ਜੀਵਨ ਵਿੱਚ ਉਹਨਾਂ ਦੇ ਮੂੰਹੋਂ ਕਦੇ ਇਹੋ ਜਿਹਾ ਗਾਣਾ ਨਹੀਂ ਸੁਣਿਆ ਕਿ ਜਿਸ ਨੂੰ ਸੁਣ ਕੇ ਲੱਗੇ ਕਿ ਯਾਰ ਇਹ ਇਹਨਾਂ ਨੇ ਕੀ ਗਾਤਾ। ਉਹਨਾਂ ਦੇ ਹਰ ਇੱਕ ਗਾਣੇ ਨੂੰ ਆਪਾਂ ਸੁਣੀਏ, ਧਿਆਨ ਨਾਲ ਸੁਣੀਏ ਤਾਂ ਹਰੇਕ ਗਾਣੇ ਦਾ ਮੀਨਿੰਗਫੁੱਲ ਕੋਈ ਮਤਲਬ ਹੁੰਦਾ, ਗਾਣੇ ਦਾ ਕੋਈ ਗੱਲ ਦਾ ਅਸਰ ਹੁੰਦਾ, ਕਿਉਂਕਿ ਉਹਨਾਂ ਦੀ ਗਾਇਕੀ ਵਿੱਚ ਤੁਸੀਂ ਹਮੇਸ਼ਾ ਇਹ ਚੀਜ਼ ਦੇਖੋਗੇ ਕਿ ਜੋ ਅੱਜ ਕੱਲ੍ਹ ਦੀ ਸਿਚੁਏਸ਼ਨ ਚੱਲ ਰਹੀ ਆ, ਜੋ ਟਾਈਮ ਚੱਲ ਰਿਹਾ, ਜੋ ਕੋਈ ਕਮੀ ਹੈ ਕਿਸੇ ਚੀਜ਼ ਦੀ ਜਾਂ ਕੋਈ ਪ੍ਰੋਬਲਮ ਆ ਲੋਕਾਂ ਨੂੰ, ਉਹ ਹਮੇਸ਼ਾ ਉਹੀ ਲੋਕਾਂ ਨਾਲ ਸ਼ੇਅਰ ਕਰਦੇ ਆ। ਬਾਕੀ ਉਹਨਾਂ ਦੇ ਗਾਣੇ ਪੰਜਾਬੀ ਮਾਂ ਬੋਲੀ ਨਾਲ ਬਹੁਤ ਜ਼ਿਆਦਾ ਜੁੜੇ ਹੁੰਦੇ ਆ। ਉਹ ਪਿੰਡਾਂ ਦੇ ਸੱਭਿਆਚਾਰ ਨੂੰ ਵੀ ਪ੍ਰਫੁੱਲਿਤ ਕਰਦੇ ਆ ਕਿ ਪਿੰਡਾਂ ਵਿੱਚ ਕੀ ਸੀ, ਪੁਰਾਣੇ ਟਾਈਮ ਨੂੰ ਵੀ ਉਹ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ। ਸੋ ਦੋਸਤੋ ਇਹੋ ਜਿਹੇ ਵਧੀਆ ਕਲਾਕਾਰ ਨੂੰ ਮੈਂ ਸਲੂਟ ਕਰਦਾ, ਮੈਂ ਚਾਹੁੰਦਾ ਕਿ ਉਹ ਵਧੀਆ ਵਧੀਆ ਗਾਣੇ ਪੰਜਾਬੀਆਂ ਲਈ ਹੋਰ ਲੈ ਕੇ ਆਉਂਦਾ ਰਹੇ, ਪੰਜਾਬੀਆਂ ਦੀ ਝੋਲੀ ਵਿੱਚ ਵਧੀਆ ਵਧੀਆ ਗਾਣੇ ਪਾਵੇ, ਅਸੀਂ ਉਹਨਾਂ ਦੇ ਗਾਣੇ ਇਸੇ ਤਰ੍ਹਾਂ ਸੁਣਦੇ ਰਹੀਏ ਅਤੇ ਸਾਡਾ ਪੰਜਾਬੀ ਵਿਰਸਾ, ਸਾਡੀ ਮਾਂ ਬੋਲੀ ਹੋਰ ਵਧੇ ਫੁੱਲੇ। ਸੋ ਦੋਸਤੋ ਮੈਂ ਇੰਨੇ ਸ਼ਬਦਾਂ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ਅਤੇ ਮੈਂ ਤੁਹਾਨੂੰ ਐਂਡ ਵਿੱਚ ਇਹ ਜ਼ਰੂਰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਮੇਰਾ ਚੈਨਲ ਬੌਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਕਰਨ ਲਈ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਤੁਸੀਂ ਆਪਣਾ ਪਿਆਰਾ ਜਿਹਾ ਕਲਿੱਕ ਕਰੋ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਜਿਹੜੀਆਂ ਮੇਰੀਆਂ ਅੱਗੇ ਵੀਡੀਓ ਆਉਣਗੀਆਂ ਉਹ ਡਾਇਰੈਕਟ ਤੁਹਾਡੇ ਤੱਕ ਪਹੁੰਚ ਜਾਣਗੀਆਂ। ਇਸ ਤੋਂ ਬਿਨਾਂ ਦੋਸਤੋ ਮੈਂ ਤੁਹਾਨੂੰ ਇੱਕ ਹੋਰ ਰਿਕੁਐਸਟ ਕਰੂੰਗਾ, ਤੁਸੀਂ ਮੈਨੂੰ ਫੇਸਬੁੱਕ 'ਤੇ ਜਿਹੜਾ ਮੇਰਾ ਪੇਜ ਬਣਿਆ ਹੋਇਆ ਬੌਲੀ ਹੌਲੀ ਬਾਬਾ ਦੇ ਨਾਮ 'ਤੇ ਉਹਨੂੰ ਵੀ ਪਲੀਜ਼ ਜ਼ਰੂਰ ਲਾਈਕ ਕਰ ਲਓ ਅਤੇ ਸਾਨੂੰ ਇੰਸਟਾਗ੍ਰਾਮ 'ਤੇ ਵੀ ਸਾਨੂੰ ਫੋਲੋ ਕਰੋ, ਟਵਿੱਟਰ 'ਤੇ ਵੀ ਕਰੋ, ਕਿਉਂਕਿ ਆਪਾਂ ਇਕੱਠੇ ਜੇ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਾਂਗੇ ਤਾਂ ਆਪਣਾ ਚੈਨਲ ਹੋਰ ਅੱਗੇ ਜਾਊਗਾ ਅਤੇ ਆਪਣਾ ਇਸੇ ਤਰ੍ਹਾਂ ਪਿਆਰ ਬਣਿਆ ਰਹੂਗਾ। ਦੋਸਤੋ ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰਨੀ ਚਾਹੂੰਗਾ ਕਿ ਜੇਕਰ ਤੁਸੀਂ ਜਿਵੇਂ ਅਲੱਗ ਅਲੱਗ ਵੀਡੀਓਜ਼ ਦੀ ਕਾਫੀ ਮੇਰੇ ਦੋਸਤ ਰਿਕੁਐਸਟ ਕਰਦੇ ਆ ਪਰ ਉਹਨਾਂ ਨੂੰ ਉਹ ਵੀਡੀਓਜ਼ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ ਹੁੰਦਾ ਤਾਂ ਮੈਂ ਉਹਨਾਂ ਨੂੰ ਮੈਸੇਜ ਵੀ ਕਰ ਦਿੰਦਾ ਕਿ ਤੁਸੀਂ ਉਹ ਵੀਡੀਓ ਚੈੱਕ ਕਰ ਲਓ। ਪਰ ਦੋਸਤੋ ਤੁਹਾਡੀ ਸਹੂਲਤ ਲਈ ਮੈਂ ਇੱਕ ਚੀਜ਼ ਹੋਰ ਕੀਤੀ ਹੈ ਕਿ ਜੋ ਵੀ ਵੀਡੀਓ ਮੈਂ ਹੁਣ ਤੱਕ ਅਪਲੋਡ ਕੀਤੀਆਂ ਉਹ ਸਾਰੀ ਨੇ ਸਾਰਾ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇਤਾ। ਸੋ ਦੋਸਤੋ ਜੇਕਰ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਚੈੱਕ ਕਰਨੇ ਚਾਹੁੰਦੇ ਤੁਹਾਡੇ ਫੇਵਰੇਟ ਸਿੰਗਰ ਦੀਆਂ ਤਾਂ ਉਹ ਸਾਰੇ ਸਿੰਗਰਸ ਦੀ ਵੀਡੀਓ ਜਾਂ ਐਕਟਰ ਦੀ ਐਕਟਰੈਸ ਦੀ ਵੀਡੀਓ ਉਹ ਡਿਸਕ੍ਰਿਪਸ਼ਨ ਵਿੱਚ ਹੈਗੀ ਹੈ, ਤੁਸੀਂ ਉਸ 'ਤੇ ਕਲਿੱਕ ਕਰਕੇ ਵੀਡੀਓਜ਼ ਦੇਖ ਸਕਦੇ ਹੋ, ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ। ਆਖਿਰ ਵਿੱਚ ਦੋਸਤੋ ਆਪਾਂ ਇਹੀ ਅਰਦਾਸ ਕਰਾਂਗੇ ਕਿ ਸਾਡਾ ਸਭ ਦਾ ਹਰਮਨ ਪਿਆਰਾ ਕਲਾਕਾਰ ਮਨਮੋਹਨ ਵਾਰਸ ਇਸੇ ਤਰ੍ਹਾਂ ਤਰੱਕੀ ਕਰੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਵਾਹਿਗੁਰੂ ਉਹਨਾਂ ਅਤੇ ਉਹਨਾਂ ਦੇ ਪਰਿਵਾਰ 'ਤੇ ਹਮੇਸ਼ਾ ਮਿਹਰ ਰੱਖਣ ਅਤੇ ਉਹ ਪੰਜਾਬੀਆਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਇੰਨੇ ਸ਼ਬਦਾਂ ਨਾਲ ਤੁਹਾਡਾ ਦੋਸਤ ਜਗਮੀਤ ਬਰਾੜ ਤੁਹਾਡੇ ਤੋਂ ਲੈਂਦਾ ਹੈ ਇਜਾਜ਼ਤ। ਤੁਸੀਂ ਜਿਉਂਦੇ ਵਸਦੇ ਰਹੋ, ਵਾਹਿਗੁਰੂ ਤੁਹਾਡੇ ਅਤੇ ਤੁਹਾਡੇ ਪਰਿਵਾਰ 'ਤੇ ਹਮੇਸ਼ਾ ਮਿਹਰ ਰੱਖੇ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।